ਫਿਰੋਜ਼ਪੁਰ ਦੇ ਹਲਕਾ ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿਖੇ ਰਾਜ ਸਭਾ ਮੈਂਬਰ ਸੀਚੇਵਾਲ ਤੇ ਐਨਜੀਡੀ ਦੀ ਟੀਮ ਪੁੱਜੀ ਹੈ। ਐਨਜੀਡੀ ਦੀ ਟੀਮ ਵੱਲੋਂ ਮਨਸੂਰਵਾਲਾ ਦੇ ਧਰਤੀ ਹੇਠਲੇ ਪਾਣੀ ਦੇ ਸੈਂਪਲ ਲਏ ਗਏ। ਜ਼ਿਕਰਯੋਗ ਹੈ ਕਿ ਮਾਲਬਰੋਸ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੇ ਲਈ ਪਿਛਲੇ ਕਰੀਬ ਇੱਕ ਮਹੀਨੇ ਤੋਂ ਨਜ਼ਦੀਕੀ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਹੋਇਆ। ਉਹਨਾਂ ਦਾ ਇਲਜ਼ਾਮ ਹੈ ਕਿ ਸ਼ਰਾਬ ਫੈਕਟਰੀ ਵਿੱਚੋਂ ਨਿਕਲਣ ਵਾਲਾ ਵੇਸਟੇਜ ਪਾਣੀ ਸ਼ਰਾਬ ਫੈਕਟਰੀ ਮਾਲਕਾਂ ਵੱਲੋਂ ਧਰਤੀ ਵਿੱਚ ਮਿਲਾਇਆ ਜਾ ਰਿਹਾ ਹੈ, ਜਿਸ ਕਾਰਨ ਉਹਨਾਂ ਦੇ ਪਿੰਡਾਂ ਦਾ ਪਾਣੀ ਦੂਸ਼ਿਤ ਹੋ ਰਿਹਾ ਅਤੇ ਭਿਆਨਕ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ। ਜਿਸ ਦੇ ਚਲਦਿਆਂ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਬਲਬੀਰ ਸਿੰਘ ਸੀਚੇਵਾਲ ਐਨਜੀਡੀ ਦੀ ਟੀਮ ਸਣੇ ਸ਼ਰਾਬ ਫੈਕਟਰੀ ਵਿਖੇ ਪਹੁੰਚੇ ਅਤੇ ਉਹਨਾਂ ਵੱਲੋਂ ਸੈਂਪਲ ਭਰਵਾਏ ਗਏ। इस मौके ਸੀਚੇਵਾਲ ने कहा कि ਐਨਜੀਡੀ ਦੀ ਟੀਮ ਵੱਲੋਂ ਸੈਂਪਲ ਭਰ ਲਏ ਗਏ ਨੇ ਅਤੇ ਸੈਂਪਲਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ। ਕੰਪਲੇਂਟ ਗਈ ਸੀਗੀ, ਕੰਪਲੇਂਟ ਦੇ ਆਧਾਰ ਦੇ ਉੱਤੇ ਚੇਅਰਮੈਨ ਜਸਟਿਸ ਜਸਵੀਰ ਸਿੰਘ, ਸ੍ਰੀ ਜਗੋਤ ਅਗਰਵਾਲ ਸਾਹਿਬ ਤੇ ਸਾਰੀ ਨਿਗਰਾਨ ਕਮੇਟੀ ਜਿਹੜੀ ਹੈਗੀ ਹੈ ਉਸ ਪਹੁੰਚੇ। ਇਹਨਾਂ ਨੂੰ ਕਿਹਾ ਕਿ ਜਿੱਥੇ ਜਿੱਥੋਂ ਵੀ ਜੋ ਵੀ ਤੁਹਾਡੀ ਸੈਂਪਲ ਤੁਹਾਨੂੰ ਲੱਗਦਾ ਕਿ ਇੱਥੇ ਪਾਣੀ ਗਲਤ ਆ ਰਿਹਾ ਉਹਨਾਂ ਥਾਵਾਂ ਦੇ ਸੈਂਪਲ ਦਿਖਾਓ। ਆ ਜਿਸ ਤਰ੍ਹਾਂ ਇੱਥੇ ਕਹਿੰਦੇ ਸੀਗੇ ਵੀ ਇਹਦੇ ਵਿੱਚ ਸਵਾਦ ਦੇ ਵਿੱਚ ਇਸ ਤਰ੍ਹਾਂ ਇਹ ਆ, ਹੁਣ ਇਹਦੇ ਵੀ ਸੈਂਪਲ ਲੈ ਰਹੇ। ਜੋ ਜੋ ਇਹਨਾਂ ਦੀਆਂ ਕੰਪਲੇਂਟਾਂ ਉਹ ਸਾਰਾ ਅਸੀਂ ਉਹਨਾਂ ਨੂੰ ਦੇਖ ਰਹੇ ਹਾਂ। ਇਹਦੀ ਇੱਕ ਰਿਪੋਰਟ ਜਿਹੜੀ ਹੈਗੀ ਐਨਜੀਟੀ ਨੂੰ